ਜੰਮੂ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕਰਨ ਨੂੰ ਲੈ ਕੇ ਵਿਵਾਦ ਉੱਠ ਖੜਾ ਹੋਇਆ ਹੈ। ਸਿੱਖ ਭਾਈਚਾਰੇ ਦੀ ਮੰਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜੰਮੂ ਦੇ ਕੁਜਵਾਨੀ ਚੌਂਕ ਵਿਖੇ ਸਥਾਪਿਤ ਕੀਤਾ ਜਾਵੇ। ਇਹ ਸਿੱਖ ਭਾਈਚਾਰੇ ਦੀ ਚਰੋਕਣੀ ਮੰਗ ਹੈ ਅਤੇ ਮੰਗ ਹੁਣ ਪ੍ਰਵਾਨ ਚੜ੍ਹਨ ਜਾ ਰਹੀ ਹੈ। ਉਹਨਾਂ ਦਾ ਬੁੱਤ ਗਵਾਲੀਅਰ ਵਿੱਚ ਬਣ ਕੇ ਤਿਆਰ ਹੈ, ਪਰ ਰਾਜਪੂਤ ਸਭਾ ਦੇ ਇੱਕ ਆਗੂ ਨੇ ਇਹ ਐਲਾਨ ਕਰ ਵਿਵਾਦ ਖੜਾ ਕਰ ਦਿੱਤਾ ਹੈ ਕਿ ਉਹ ਇਸ ਚੌਂਕ ਉੱਪਰ ਮਹਾਰਾਜਾ ਗੁਲਾਬ ਸਿੰਘ ਦਾ ਬੁੱਤ ਲਗਾਉਣਾ ਚਾਹੁੰਦੇ ਨੇ। ਪਰ ਸਥਾਨਕ ਸਿੱਖ ਭਾਈਚਾਰੇ ਨੂੰ ਇਸ 'ਤੇ ਇਤਰਾਜ਼ ਹੈ। ਉਹ ਆਪਸੀ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੇ ਹੱਕ ਵਿੱਚ ਹਨ। ਉਹਨਾਂ ਦਾ ਕਹਿਣਾ ਹੈ ਕਿ ਮਹਾਰਾਜਾ ਗੁਲਾਬ ਸਿੰਘ ਜੰਮੂ ਕਸ਼ਮੀਰ ਦੇ ਰਾਜਾ ਰਹੇ ਹਨ, ਸੋ ਉਹਨਾਂ ਦਾ ਬੁੱਤ ਜੰਮੂ ਕਸ਼ਮੀਰ ਦੇ ਪ੍ਰਵੇਸ਼ ਦੁਆਰ ਲਖਨਪੁਰ ਵਿੱਚ ਸਥਾਪਿਤ ਕੀਤਾ ਜਾਵੇ ਅਤੇ ਸਥਾਨਕ ਕੁਜਵਾਨੀ ਚੌਂਕ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕੀਤਾ ਜਾਵੇ। ਜੰਮੂ ਕਸ਼ਮੀਰ ਦੀ ਸਿੱਖ ਸੰਗਤ ਦੀ ਸਰਕਾਰ ਤੋਂ ਬੜੀ ਦੇਰ ਦੀ ਇੱਕ ਡਿਮਾਂਡ ਸੀ ਅਤੇ ਬਹੁਤ ਸਾਰੇ ਜਿਹੜੇ ਨੇ ਉਹ ਸਿੱਖ ਨੁਮਾਇੰਦਿਆਂ ਨੇ ਸਰਕਾਰ ਦੇ ਕੋਲ ਜਾ ਕੇ ਇਹ ਡਿਮਾਂਡਾਂ ਵੀ ਰੱਖੀਆਂ ਕਿ ਜੰਮੂ ਦੇ ਮੇਨ ਚੌਕ ਕੁੰਜਵਾਨੀ ਚੌਕ ਦੇ ਵਿੱਚ ਸਿੱਖ ਕੌਮ ਦੇ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇੱਕ ਸਟੈਚੂ ਲਗਾਇਆ ਜਾਵੇ ਅਤੇ ਕੁੰਜਵਾਨੀ ਚੌਕ ਦਾ ਨਾਮ ਬਦਲ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ਦੇ ਉੱਤੇ ਰੱਖਿਆ ਜਾਵੇ। ਅਤੇ 2 ਦਿਨ ਪਹਿਲਾਂ ਮਿਉਂਸੀਪਲ ਕਾਰਪੋਰੇਸ਼ਨ ਨੇ ਇਸ ਚੀਜ਼ ਨੂੰ ਅਪਰੂਵਲ ਦਿੰਦਿਆਂ ਹੋਇਆਂ ਆਰਡਰ ਜਾਰੀ ਕੀਤਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਿਹੜਾ ਬੁੱਤ ਹੈ ਕੁੰਜਵਾਨੀ ਚੌਕ ਦੇ ਵਿੱਚ ਲਗਾਇਆ ਜਾਵੇ ਅਤੇ ਉਸ ਚੌਕ ਦਾ ਨਾਮ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ਦੇ ਉੱਤੇ ਰੱਖਿਆ ਜਾਵੇ। ਅਤੇ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਮਿਉਂਸੀਪਲ ਕਾਰਪੋਰੇਸ਼ਨ ਦੇ ਇਸ ਫੈਸਲੇ ਨੂੰ ਜੀਆਇਆਂ ਕਿਹਾ, ਵੈਲਕਮ ਕਿਹਾ ਤੇ ਇਹਦਾ ਸਵਾਗਤ ਕੀਤਾ ਤੇ ਖੁਸ਼ੀ ਜ਼ਾਹਿਰ ਕੀਤੀ। ਪਰੰਤੂ ਕੱਲ ਮੈਂ ਇੱਕ ਪ੍ਰੈਸ ਕਾਨਫਰੰਸ ਦੇਖ ਰਿਹਾ ਸਾਂ, ਇੱਕ ਸੋ ਕਾਲਡ ਲੀਡਰ ਜਿਹੜੇ ਆਪਣੇ ਆਪ ਨੂੰ ਰਾਜਪੂਤ ਸਭਾ ਦੇ ਪ੍ਰਧਾਨ ਕਹਿੰਦੇ ਨੇ, ਹੁਣ ਹੈ ਨਹੀਂ ਜਾਂ ਨਹੀਂ ਮੈਨੂੰ ਪੱਕਾ ਜਾਣਕਾਰੀ ਨਹੀਂ, ਪਰੰਤੂ ਮੈਂ ਜੋ ਸੁਣਿਆ ਉਸਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜਿਹੜਾ ਕੁੰਜਵਾਨੀ ਚੌਕ ਦੇ ਵਿੱਚ ਨਹੀਂ ਲੱਗਣ ਦਿੱਤਾ ਜਾਏਗਾ, ਉੱਥੇ ਗੁਲਾਬ ਸਿੰਘ ਦਾ ਜਿਹੜਾ ਬੁੱਤ ਹੈ ਉਹ ਲਗਾਇਆ ਜਾਵੇ। ਠੀਕ ਹੈ, ਤੁਸੀਂ ਲਗਾਓ ਗੁਲਾਬ ਸਿੰਘ ਦਾ ਬੁੱਤ, ਸਾਨੂੰ ਕੋਈ ਇਤਰਾਜ਼ ਨਹੀਂ, ਪਰੰਤੂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਟੈਚੂ ਲਗਾਇਆ ਜਾ ਰਿਹਾ, ਤੁਸੀਂ ਇਸ ਦੇ ਉੱਤੇ ਸਵਾਲ ਖੜੇ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ, ਤੁਹਾਨੂੰ ਕੋਈ ਇਸ ਦਾ ਅਧਿਕਾਰ ਨਹੀਂ ਦਿੰਦਾ। ਆਜ ਮੈਂ ਨਹੀਂ ਸਮਝਤਾ ਹੂੰ ਕਿ ਜੋ ਯੋਧਾ ਯਹਾਂ ਪੈਦਾ ਹੁਆ ਔਰ ਵੋ ਉਸ ਵਕਤ ਸਿੱਖ ਕੌਮ ਮੈਂ ਜਾਂ ਹਿੰਦੂ ਕੌਮ ਮੈਂ ਜਾਂ ਮੁਸਲਮਾਨ ਕੌਮ ਮੈਂ, ਜਿਤਨੇ ਵੀ ਯੋਧੇ ਹੋਏ ਹੈ ਵੋ ਹਿੰਦੁਸਤਾਨ ਕੇ ਲੀਏ ਲੜੇ, ਮੁਗਲੀਆ ਸਲਤਨਤ ਕੇ ਖਿਲਾਫ ਲੜੇ, ਤੋ ਉਨ ਯੋਧੋਂ ਕਾ ਆਜ ਕਿਸੀ ਕੰਟਰੋਵਰਸੀ ਮੇਂ ਲਾਣਾ ਮੈਂ ਨਹੀਂ ਸਮਝਤਾ ਹੂੰ ਕਿ ਯੇ ਅੱਛੀ ਬਾਤ ਹੈ। ਔਰ ਹਮਾਰਾ ਔਰ ਰਾਜਪੂਤੋਂ ਕਾ ਬੜਾ ਆਪਸ ਮੈਂ ਅੱਛੇ ਸੰਬੰਧ ਹੈ, ਔਰ ਜਹਾਂ ਵੋ ਯੇ ਕਹਿ ਰਹੇ ਹੈ ਕਿ ਮਹਾਰਾਜਾ ਗੁਲਾਬ ਸਿੰਘ ਕਾ ਸਟੈਚੂ ਲਗੇ, ਮਹਾਰਾਜਾ ਗੁਲਾਬ ਸਿੰਘ ਯਹਾਂ ਕਾ ਮਹਾਰਾਜਾ ਥਾ, ਮੈਨੇ ਉਸ ਵਕਤ ਵੀ ਯਹੀ ਕਹਾ ਥਾ ਔਰ ਆਜ ਵੀ ਯਹੀ ਕਹੂੰਗਾ ਕਿ ਉਨਕਾ ਸਟੈਚੂ ਐਂਟਰੀ ਪੇ ਲਗਣਾ ਚਾਹੀਏ ਲਖਨਪੁਰ ਮੈਂ, ਜਹਾਂ ਸੇ ਹਮਾਰੀ ਸਟੇਟ ਸਟਾਰਟ ਹੋਤੀ ਹੈ, ਕਿਉਂਕਿ ਵੋ ਯਹਾਂ ਕੇ ਮਹਾਰਾਜਾ ਰਹਿ ਚੁੱਕੇ ਹੈ ਔਰ ਨਈ ਨਈ ਕੰਟਰੋਵਰਸੀਆਂ ਪੈਦਾ ਕਰਨੀਆਂ, ਯੇ ਆਪਸ ਮੈਂ ਪੀਸਫੁਲ ਮਾਹੌਲ ਕੋ ਖਰਾਬ ਕਰਨਾ, ਮੁਝੇ ਯੇ ਨਹੀਂ ਸਮਝ ਆਤੀ ਕਿ ਯੇ ਲੋਕ ਆਪਣੀ ਸੋਚ ਆਪਣੇ ਲੀਏ ਯੇ ਕੁਛ ਐਸੇ ਬਾਤੇ ਕਰਤੇ ਹੈ। ਯੇ ਬਾਤੇ ਜੋ ਹੈ ਪੂਰੇ ਜੰਮੂ ਪ੍ਰਾਵੰਸ ਕੇ ਲੀਏ ਔਰ ਜੋ ਭਾਈਚਾਰਾ ਹੈ ਉਸਕੇ ਲੀਏ ਯੇ ਅੱਛੀ ਨਹੀਂ ਹੈ। ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕਰਨ ਨੂੰ ਲੈ ਕੇ ਉੱਠਿਆ ਵਿਵਾਦ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ, ਪਰ ਸਿੱਖ ਭਾਈਚਾਰਾ ਹਾਲਾਂਕਿ ਗੱਲਬਾਤ ਰਾਹੀਂ ਮਸਲਾ ਨਿਬੇੜ ਲੈਣ ਦੀ ਦਲੀਲ ਦੇ ਰਿਹਾ ਹੈ, ਪਰ ਰਾਜਪੂਤ ਭਾਈਚਾਰੇ ਦਾ ਆਪੇ ਬਣਿਆ ਇਹ ਆਗੂ ਇਸ ਮਾਮਲੇ ਉੱਪਰ ਵਿਵਾਦ ਲਗਾਤਾਰ ਪਖਾ ਰਿਹਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।